ਨਾ ਤੁਹਾਨੂੰ ਦੱਸਣਾ ਚਾਹੁੰਦਾ ਐਮ ਐਲ ਏ ਸਾਹਿਬ ਨੂੰ ਸੰਜੇ ਤਲਵਾਰ ਜੀ ਨੂੰ ਮੈਨੂੰ ਸਤਿਕਾਰ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ਾਮਿਲ ਕੀਤਾ ਵਾ ਤੂੰ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵੱਡਾ ਨਹੀਂ ਹੈਗਾ ਤੂੰ ਕਹਿ ਰਿਹਾ ਵੀ ਕਾਂਗਰਸ ਦਾ ਹੈ ਨਹੀਂ ਮੈਂਬਰ ਹੈ ਨਹੀਂ ਗਾ ਕੈਪਟਨ ਸਾਹਿਬ ਨੇ ਮੈਨੂੰ ਸੀ ਐਮ ਸਾਹਿਬ ਨੇ ਸ਼ਾਮਿਲ ਕੀਤਾ ਤੂੰ ਉਹ ਤੋਂ ਵੱਡਾ ਨਹੀਂ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੰਜੇ ਤਲਵਾਰ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੰਬਕੇ ਕਾਂਗਰਸ ਸਰਕਾਰ ਦੀ ਗੱਲ ਕਰਦੇ ਹੋ ਮੈਂ ਕਾਂਗਰਸ ਪਾਰਟੀ ਜਾਂ ਤੁਸੀਂ ਕਾਂਗਰਸ ਪਾਰਟੀ ਨੂੰ ਨੀਚਾ ਦਿਖਾਉਣਾ ਚਾਹੁੰਦੇ ਹੋ ਇੱਕ ਟੀਮ ਸੰਜੇ ਤਲਵਾਰ ਬਣਾ ਕੇ ਜਿਹੜੀ ਵਰਲਡ ਲੈਵਲ ਦੀ ਪਾਰਟੀ ਹੈ ਕਾਂਗਰਸ ਪਾਰਟੀ ਤੁਸੀਂ ਉਹਨੂੰ ਇੱਕ ਸੀ ਟੀਮ ਸੰਜੇ ਤਲਵਾਰ ਬਣਾਉਣਾ ਚਾਹੁੰਦੇ ਹੋ ਕੀ ਮਤਲਬ ਕਿ ਤੁਸੀਂ ਕਾਂਗਰਸ ਤੋਂ ਵੱਡੇ ਹੋ ਗਏ ਹੋ ਕੀ ਮੁੱਖ ਮੰਤਰੀ ਤੋਂ ਵੱਡੇ ਹੋ ਗਏ ਤੁਸੀਂ ਇੱਕ ਮਤਲਬ ਕਿ ਟੀਮ ਸੰਜੇ ਤਲਵਾਰ ਬਣਾ ਕੇ ਤੁਸੀਂ ਇੱਕ ਕਾਂਗਰਸ ਨੂੰ ਛੋਟੇ ਜਿਹੇ ਗਰੁੱਪ 'ਚ ਬਣਨਾ ਚਾਹੁੰਦੇ ਹੋ ਦਲਜੀਤ ਸਿੰਘ ਭੋਲਾ ਦੇ ਵੱਲੋਂ ਜਿਹੜਾ ਕਿ ਇੱਕ ਵੀਡੀਓ ਵਾਇਰਲ ਕੀਤਾ ਗਿਆ ਸੀ ਜਿਹਦੇ ਵਿੱਚ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਜਿਹੜਾ ਹੈਗੇ ਨੇ ਇਲਾਕੇ ਦੇ ਐਮਐਲਏ ਦੇ ਖਿਲਾਫ ਉਹ ਖੁਦ ਖੜੇ ਹੋਏ ਕਿਉਂਕਿ ਉਹਨਾਂ ਵੱਲੋਂ ਇਲਜ਼ਾਮ ਸੀਗਾ ਕਿ ਜਿਹੜੇ ਉਹਨਾਂ ਦੇ ਇਲਾਕਾ ਨਿਵਾਸੀਆਂ ਨਾਲ ਵਿਤਰਾ ਕੀਤਾ ਜਾ ਰਿਹਾ ਤੇ ਕਿਉਂਕਿ ਖੁਦ ਇਹ ਵੀ ਇੱਕ ਕਾਂਗਰਸੀ ਹੈਗੇ ਨੇ ਤੇ ਆਪਣੇ ਹੀ ਇਲਾਕੇ ਦੇ ਐਮਐਲਏ ਦੇ ਨਾਲ ਜਿਹੜਾ ਇੱਕ ਆ ਜਿਹੜਾ ਸਵਾਲ ਜਵਾਬ ਦਾ ਜਿਹੜਾ ਵਿਤਰਾ ਹੋਇਆ ਉਸ ਤੋਂ ਬਾਅਦ ਅੱਜ ਸਾਡੇ ਨਾਲ ਪੋਲਾ ਜੀ ਨਾਲ ਹੈਗੇ ਨੇ ਜੀ ਪੋਲਾ ਜੀ ਕੀ ਕਾਰਨ ਹੋਇਆ ਮੈਂ ਜਿਹੜਾ ਪਰਸੋਂ ਐਪੀਸੋਡ ਹੋਇਆ ਵਾ ਜਿਹੜੀ ਕਣਕ ਮਿਲ ਰਹੀ ਆ ਨੀਲੇ ਕਾੜਾਂ ਤੇ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਮੇਰੇ ਕੋਲ ਸਵੇਰੇ ਸਵੇਰੇ ਪੰਜ ਸੱਤ ਜਣੇ ਆਏ ਉਹ ਮੈਨੂੰ ਕਹਿਣ ਲੱਗੇ ਜੀ ਸਾਡੇ ਡੀਪੂ ਵਾਲੇ ਬਹੁਤ ਤੰਗ ਕਰਦੇ ਨੇ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਉਹ ਕਹਿੰਦੇ ਜੀ ਐਮਐਲਏ ਸਾਹਿਬ ਤੇ ਜਾਂ ਕੌਂਸਲਰ ਸਾਹਿਬ ਦੀ ਮੋਹਰ ਲਵਾ ਕੇ ਲਿਆਉਂਗੇ ਤਾਂ ਤੁਹਾਨੂੰ ਰਾਸ਼ਨ ਮਿਲਣਾ ਤੇ ਨਹੀਂ ਰਾਸ਼ਨ ਨਹੀਂ ਮਿਲਣਾ ਉਹ ਕਹਿੰਦੇ ਜੀ ਅਸੀਂ ਐਮਐਲਏ ਸਾਹਿਬ ਦੇ ਕੌਂਸਲਰ ਸਾਹਿਬ ਦੇ ਦਫ਼ਤਰ ਦੇ ਵਿੱਚ ਦੋ ਘੰਟੇ ਤੋਂ ਖੜੇ ਆ ਤੇ ਉੱਥੇ ਮੋਹਰਾਂ ਭੀੜ ਲੱਗੀ ਆ ਮੋਹਰਾਂ ਲਵਾਉਣ ਵਾਸਤੇ ਸਾਡੀ ਮੋਹਰ ਨਹੀਂ ਲੱਗੀ ਮੈਂ ਕਿਹਾ ਜੀ ਮੋਹਰ ਦੀ ਤਾਂ ਲੋੜ ਕੋਈ ਨਹੀਂ ਹੈਗੀ ਤੇ ਜਿਹੜਾ ਕਣਕ ਸਰਕਾਰ ਨੇ ਦਿੱਤੀ ਹੈ ਡੀਪੂ ਦਿੱਤੀ ਤੇ ਡੀਪੂ ਵਾਲੇ ਦੇ ਵੰਡਣ ਦੀ ਡਿਊਟੀ ਬਣਦੀ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਡੀਪੂ ਵਾਲੇ ਕੋਲ ਚੱਲਦੇ ਹਾਂ ਡੀਪੂ ਵਾਲੇ ਕੋਲ ਪਹੁੰਚੇ ਤੇ ਉਹਨੂੰ ਪੁੱਛਿਆ ਭਾਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿ ਮੋਹਰਾਂ ਲਵਾ ਕੇ ਲਿਓ ਤੁਹਾਡੀ ਡਿਊਟੀ ਆ ਤੁਸੀਂ ਕਣਕ ਮੰਡੋ ਤੇ ਪਰ ਉਹ ਕਹਿੰਦਾ ਜੀ ਕਿ ਮੇਰੀ ਮਜਬੂਰੀ ਆ ਤੇ ਮੈਨੂੰ ਜੋ ਹੁਕਮ ਹੋਇਆ ਮੈਂ ਕਰਤਾ ਤੇ ਮੈਂ ਉਹਦੇ ਵਾਸਤੇ ਮਿਲ ਕੇ ਲੋਕਾਂ ਨੂੰ ਦੱਸ ਰਿਹਾ ਸੀ ਵੀ ਭਾਈ ਇਹ ਤੁਹਾਡੀ ਕਣਕ ਆ ਸਰਕਾਰ ਤੁਹਾਡੀ ਬੋਰਡ ਨਾਲ ਬਣਦੀ ਆ ਔਰ ਜਿਹੜੀ ਤੁਹਾਡੀ ਬੋਰਡ ਨੇ ਤੋਂ ਬਣਦੀ ਆ ਤੇ ਤੁਹਾਡੇ ਹੀ ਪੈਸੇ ਨਾਲ ਸਰਕਾਰ ਚੱਲਦੀ ਆ ਕਿਉਂਕਿ ਤੁਸੀਂ ਟੈਕਸ ਦਿੰਦੇ ਹੋ ਤੇ ਉਹਨਾਂ ਪੈਸਿਆਂ ਦਾ ਤੁਹਾਨੂੰ ਰਾਸ਼ਨ ਮਿਲਦਾ ਇਹ ਤੁਹਾਡਾ ਹੱਕ ਬਣਦਾ ਵਾ ਤੇ ਪਰ ਤੁਹਾਨੂੰ ਕਿਸੇ ਕੋਲ ਮੋਹਰ ਲਵਾਉਣ ਦੀ ਲੋੜ ਨਹੀਂ ਡਿਪੂ ਦੀ ਡਿਊਟੀ ਆ ਡਿਪੂ ਵਾਲੀ ਡਿਪੂ ਵਾਲਾ ਕਣਕ ਬਣੂਗੇ ਤੋਂ ਕਣਕ ਲਓ ਤੇ ਜਦ ਨੂੰ ਐਮਐਲਏ ਸਾਹਿਬ ਪਹੁੰਚ ਕੇ ਉਹ ਕਹਿਣ ਲੱਗ ਗਏ ਜੀ ਤੁਸੀਂ ਗਲਤ ਬੋਲਦੇ ਹੋ ਮੈਂ ਇਹਨੂੰ ਕਿਹਾ ਮੈਂ ਕਿਹਾ ਭਾਈ ਇਹ ਜਿਹੜੀ ਕਣਕ ਹੈ ਇਹ ਲੋਕਾਂ ਦੀ ਆ ਇਹ ਕਿਸੇ ਦੇ ਬਾਪ ਦੀ ਨਾ ਮੇਰੇ ਬਾਪ ਦੀ ਆ ਨਾ ਕਿਸੇ ਐਮਐਲਏ ਦੇ ਬਾਪ ਦੀ ਆ ਨਾ ਕਿਸੇ ਕੌਂਸਲਰ ਦੇ ਬਾਪ ਦੀ ਆ ਇਹ ਇਹਨਾਂ ਦੀ ਕਣਕ ਆ ਤੁਸੀਂ ਮਤਲਬ ਕਿ ਸਰਕਾਰ ਤਾਂ ਕਹਿ ਰਹੀ ਹੈ ਕੈਪਟਨ ਸਾਹਿਬ ਸੀਐਮ ਸਾਹਿਬ ਤਾਂ ਜ਼ੋਰ ਲੱਗਿਆ ਹੋਇਆ ਵੀ ਘਰਾਂ ਦੇ ਵਿੱਚ ਬੈਠ ਕੇ ਆਪਣੀ ਬਿਮਾਰੀ ਤੋਂ ਬਚੋ ਸਭ ਤੋਂ ਪਹਿਲਾਂ ਸੀਐਮ ਪਰ ਸਾਡੇ ਪੰਜਾਬ ਵਾਲ ਨੇ ਕਰਫਿਊ ਲਾ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਐਮਐਲਏ ਸਾਹਿਬ ਕਹਿੰਦੇ ਨੇ ਮੇਰੇ ਦਫ਼ਤਰ 2 ਕਿਲੋਮੀਟਰ ਆ ਕੇ ਪਹਿਲਾਂ ਲਾਈਨਾਂ ਲਾ ਕੇ ਮਿਲ ਕੇ ਮੋਹਰਾਂ ਲਵਾਓ ਤੇ ਉਸ ਤੋਂ ਬਾਅਦ ਤੁਹਾਨੂੰ ਰਾਸ਼ਨ ਮਿਲੂਗਾ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਸਰਕਾਰ ਕਹਿ ਰਹੀ ਹੈ ਵੀ ਘਰਾਂ 'ਚ ਬੈਠੋ ਬਿਮਾਰੀ ਤੋਂ ਬਚੋ ਕੀ ਤੁਸੀਂ ਲੋਕਾਂ ਨੂੰ ਬਿਮਾਰੀ ਲਾਉਣੀ ਚਾਹੁੰਦੇ ਹੋ ਸਿਰਫ ਤੇ ਸਿਰਫ ਤੁਹਾਨੂੰ ਵੋਟਾਂ ਤੱਕ ਮਤਲਬ ਆ ਤੁਹਾਨੂੰ ਕੋਈ ਮਤਲਬ ਨਹੀਂ ਸਾਡਾ ਕੈਪਟਨ ਸਾਹਿਬ ਸਾਡਾ ਕੀ ਹੁਕਮ ਕਰ ਰਹੇ ਉਹਨਾਂ ਦਾ ਹੁਕਮ ਨਹੀਂ ਤੁਸੀਂ ਮੰਨ ਸਕਦੇ ਨਾ ਤੁਹਾਨੂੰ ਉਹਨਾਂ ਦੇ ਹੁਕਮ ਦੀ ਮਿਲ ਕੇ ਪ੍ਰਭਾਵ ਆ ਵੀ ਉਹ ਹੁਕਮ ਕੀ ਕਰ ਰਹੇ ਨੇ ਨਾ ਤੁਹਾਨੂੰ ਲੋਕਾਂ ਦੀ ਬਿਮਾਰੀ ਦੀ ਪ੍ਰਭਾਵ ਆ ਤੂੰ ਆਪਣੀ ਮਿਲ ਕੇ ਮਨ ਮਰਜ਼ੀ ਕਰ ਰਿਹਾ ਤੂੰ ਆਪਣੀ ਵੋਟਾਂ ਦੀ ਰਾਜਨੀਤੀ ਕਰ ਰਿਹਾ ਇਹ ਨਾ ਕਰ ਤੇ ਲੋਕਾਂ ਨੂੰ ਰਾਸ਼ਨ ਲੈਣ ਦੇ ਔਰ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇ ਜਿਹੜੀ ਵੱਡੀ ਗੱਲ ਕਹਿ ਰਹੇ ਨੇ ਕਿ ਜਿਹੜਾ ਕਿ ਐਮਐਲਏ ਜਿਹੜੀ ਹੈਗੇ ਆਪਣੀ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ ਲੇਕਿਨ ਤੁਹਾਨੂੰ ਇੱਥੇ ਦੱਸ ਦਈਏ ਕਿ ਜਿਹੜਾ ਕਿ ਕੱਲ ਜਿਹੜੇ ਇਲਾਕਾ ਦੇ ਐਮਐਲਏ ਨੇ ਖੁਦ ਕਿਹਾ ਸੀਗਾ ਕਿ ਇਹ ਜਿਹੜੇ ਦਲਜੀਤ ਸਿੰਘ ਭੋਲਾ ਹੈਗੇ ਨੇ ਉਹ ਜਿਹੜੇ ਹੈਗੇ ਨੇ ਆਪਣੀ ਇਸ ਇਲਾਕੇ ਦੇ ਵਿੱਚ ਐਮਐਲਏ ਦੀ ਸੀਟ ਦੇ ਲਈ ਖੜੇ ਹੋਣਾ ਚਾਹੁੰਦੇ ਨੇ ਤਾਂ ਕਰਕੇ ਉਹ ਇਸ ਤਰ੍ਹਾਂ ਕਰ ਰਹੇ ਨੇ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਸੰਗਤਾਂ ਨੂੰ ਪੁੱਛ ਸਕਦੇ ਹੋ ਜਾ ਕੇ ਮੇਰੇ ਕੋਲ ਤਾਂ ਸੰਗਤਾਂ ਖੁੱਲ ਚੱਲ ਕੇ ਆਲੀਆਂ ਖੁਦ ਚੱਲ ਕੇ ਆਈਆਂ ਮੈਂ ਜੇ ਇਸ ਤਰ੍ਹਾਂ ਦੀਆਂ ਮਤਲਬ ਕਿ ਰਾਜਨੀਤੀ ਕਰਨੀ ਹੁੰਦੀ ਇਹ ਦੋ ਵਾਰੀ ਮੇਰੇ ਏਰੀਏ ਦੇ ਵਿੱਚ ਤਿੰਨ ਵਾਰੀ ਉਦਘਾਟਨ ਕਰਕੇ ਗਿਆ ਜਿੱਥੇ ਕਿ ਉਹ ਮਤਲਬ ਕਿ ਲੋਕ ਚਾਹੁੰਦੇ ਸੀ ਇੱਥੇ ਇੰਟਰਲੋਕ ਟਾਈਲਾਂ ਲੱਗਣ ਇਹਨੇ ਧੱਕੇ ਨਾਲ ਉੱਥੇ ਆਪਣੀ ਮਰਜ਼ੀ ਨਾਲ ਮੇਰੇ ਤੋਂ ਪੁੱਛੇ ਤੋਂ ਬਗੈਰ ਮਤਲਬ ਕਿ ਮੇਰੇ ਤੋਂ ਬਗੈਰ ਮਤਲਬ ਕਿ ਧੱਕੇ ਨਾਲ ਉੱਥੇ ਮਤਲਬ ਕਿ ਉਦਘਾਟਨ ਕਰਕੇ ਲੁੱਕ ਬਜਰੀ ਦਾ ਅਤੇ ਲੁੱਕ ਬਜਰੀ ਪਵਾਤੀ ਲੋਕਾਂ ਦੇ ਖਿਲਾਫ ਅਤੇ ਮਤਲਬ ਕਿ ਮੇਰੇ ਖਿਲਾਫ ਜੇ ਮੈਂ ਇਹ ਚਾਹੁੰਦਾ ਮੈਂ ਉਸ ਟਾਈਮ ਵੀ ਕਰ ਸਕਦਾ ਦੇ ਇਹ ਸਿਰਫ ਤੇ ਸਿਰਫ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਸਿਆਸੀ ਤੌਰ ਤੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਇਹ ਕਹਿੰਦੇ ਨੇ ਵੀ ਇਸ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਹੈਗਾ ਮੈਂ ਉਹਨਾਂ ਤੁਹਾਨੂੰ ਦੱਸਣਾ ਚਾਹੁੰਦਾ ਐਮਐਲਏ ਸਾਹਿਬ ਨੂੰ ਸੰਜੇ ਤਲਵਾਰ ਜੀ ਨੂੰ ਮੈਨੂੰ ਸਤਿਕਾਰ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ਾਮਿਲ ਕੀਤਾ ਵਾ ਤੂੰ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵੱਡਾ ਨਹੀਂ ਹੈਗਾ ਤੂੰ ਕਹਿ ਰਿਹਾ ਵੀ ਕਾਂਗਰਸ ਦਾ ਹੈ ਨਹੀਂ ਮੈਂਬਰ ਹੈ ਨਹੀਂ ਗਾ ਕੈਪਟਨ ਸਾਹਿਬ ਨੇ ਮੈਨੂੰ ਸੀਐਮ ਸਾਹਿਬ ਨੇ ਸ਼ਾਮਿਲ ਕੀਤਾ ਤੂੰ ਉਹ ਤੋਂ ਵੱਡਾ ਨਹੀਂ ਹੈਗਾ ਔਰ ਉਸ ਨੇ ਮਿਲ ਕੇ ਮੈਂ ਅੱਜ ਕਾਂਗਰਸ ਦੇ ਪਾਰਟੀ ਦੇ ਵਿੱਚ ਹੈਗਾ ਔਰ ਕਾਂਗਰਸ ਪਾਰਟੀ ਦੇ ਵਿੱਚ ਰਹੂੰਗਾ ਔਰ ਮੈਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਨਾ ਵੀ ਤੂੰ ਕਹਿਣਾ ਚਾਹੁੰਦਾ ਵੀ ਮਿਲ ਕੇ ਇਹ ਇਲੈਕਸ਼ਨ ਲੜੂਗਾ ਮੈਂ ਸਿਰਫ ਤੇ ਸਿਰਫ ਇਹ
तो उत्थे जिहड़ा पैकेट बनना सी वह भी MLA साहब मतलब पता नहीं कितने लै गया कितने नहीं लै गया और लोग बेचारे भुखे बैठे ने। मैं तुम मैनू नहीं समझ लगे कितने गया पर मेरे वार्ड च नहीं वंडिया गया बल्कि वो तो वो पांच सत्त मतलब वाड़ के तो फोटो कराई गई और मैं थोड़ा दसना चाहना वा सत्कारयोग मतलब कैबिनेट मंत्री श्री भारत भूषण आजी का धन्यवाद करता उन्होंने मैंने राशन भेजे घट्टो घट्ट 500 से 600 बंदे मैं मतलब किसी जलील नहीं किया फोटो करके 500 से 600 बंदे मैं लिस्ट दिखाओ भाई जी लिस्ट दिखा देना भाई कल कल का नाम कल कल का आधार कार्ड नंबर कल कल की मतलब मोबाइल नंबर उन्होंने 500 से 600 बंदे मतलब असी राशन बंट चुके हैं और तकरीबन 20 दिन लगातार 4 से 5 हज़ार बंदे लंगर बरता चुके हैं तो सैनीटाइजर मतलब मैं आप खुद ट्रैक्टर से चढ़ के मेरे हर एक फेसबुक से लाइव है और मैं करता रहा मैं हत्थां नाल जाके करता रहा इन दसना चाहना भी यह झूठी राजनीति जी इस तरह की राजनीति ना कर जिहड़ा जिहड़ी गल करदा अज भी जिहड़ा प्रोटेस्ट कराया गया वो तो सिर्फ मैनू मतलब नीचे दिखाउण दे मतलब मारा कराया गया जबकि असी मतलब जिहड़ा राशन वंड रहे असी फोटो करके नहीं पर यह करते हैं लोगों जलील कर रहे हैं एक थैली दे के उसकी फोटो कर रहे हैं। अज मैं थोड़ा दसना चाहना भी अज मैं थोड़ा दसना चाहना जिहड़ा मीडियम वर्ग अज सब तो बल्कि औखा वा क्योंकि मीडियम वर्ग 1.5 महीना हो गया मीडियम वर्ग को अज सारा कुछ खत्म हो गया वो क्यों नहीं अगे आ रहा क्यों नहीं निकल रहा उन्होंने पता भी मतलब मेरिया फोटो करके सानू जलील करे इस करके वो बेचारा अंदर भुखा बैठा वो बोल नहीं रहा अज वह मतलब बेचारा भुखा बैठ के अंदर बैठ रहा वा इन्हों करतूतों करके ऐसे तुहाडे वार्ड दे विच ही दूसरे वार्ड के कौंसलर आते हैं तो वह आके सीधा सीधा तुहाडे वार्ड के इलाका निवासियों कह रहे हैं कि असी तुहानू राशन देवे कि तुम एको पार्टी के हो के तुहाडे वल्लों क्यों नहीं राशन दिता जा रहा। मैं थोड़ा दस रहा तो थोड़े मैं लिस्टा दिखा रहा सामने लिस्टा देख लो आ लिस्टा के मोबाइल नंबर आधार कार्ड नंबर आते लोगों जाके पुछ सकते हो भी इन्हों थोड़ा राशन कौन दे गया मैं खुद जाके अद्धी दी रात को असी लोगों राशन घर दे के आ रहे हैं असी मैं थोड़ा दसना चाहना भी असी मैं थोड़ा दसना चाहना भी ये मैं जलील नहीं किसी करना चाहता मैं फोटो नहीं कराई भी किसी जलील नहीं किया किसी मतलब कि यही कि एहसास दवाया भी मैं तेन फोटो करके तेन राशन दे रहा पर एक थैली देंगे तो 10 वो फोटो कराते तो उन्होंने जलील करते हैं जी प्रोटेस्ट करा रहे हैं वो जे इन चंद बंदे ने उन्होंने चक के हवा दे के भी तेन असं आ करा तेन राशन देवे तेन बाला ना देवे इस तरह करके उन्होंने जो प्रोटेस्ट करा रहे हैं। होर पूछना चाहवागे जो थोड़े इलाके के राशन आया जो MLA के कोल राशन आया तो इलाके वंडन वास्ते वो राशन कितने गया मैं उही थोड़ा दसना चाहना भी ये प्रोटेस्ट तो करवाना चाहते हैं मैं इनू MLA साहब को पूछना चाहना भी जो मतलब कि थोड़ा राशन मिले मैं थोड़ा MLA साहब को यह सवाल करना चाहता भी MLA साहब जिहड़ा थोनू राशन मिले और 10 लाख पैकेट मतलब कि CM साहब ने अनाउंस किया पंजाब सरकार ने अनाउंस किया MLA साहब को आया तो वार्ड नंबर 11 का राशन कितने गया वो 507 बंद दे के बाकी वो राशन कितने मेरे वार्ड वाला तुम क्यों नहीं वंडिया जे आ प्रोटेस्ट हो रहा क्यों हो रहा वा तुम इलाके के मतलब MLA हो तुम क्यों नहीं उन्होंने बचाया है जो पंजाब सरकार ने हर एक MLA राशन पहुँचाया तुम क्यों नहीं पहुँचाया थोड़ा फर्ज बनता जी पहुँचा तुम इतने के मतलब MLA हो ठीक है मेरी मेरी वाइफ कौंसलर आ असी 500 से 600 बंद मतलब वंड चुके हैं थोड़े सामने हाँ घट्टो घट 4 से 5 हज़ार बंदे असी मतलब लंगर मतलब डेली खवा चुके हैं पर थोड़ा राशन जिहड़ा फर्ज बनता जी पंजाब सरकार ने थोड़ा राशन भेजा वो क्यों नहीं वंडिया गया अज हर वार्ड के प्रोटेस्ट हो रहा तो मेरे वाले वार्ड तो जाके ये मतलब हरकत कर रहा तो हर वार्ड के प्रोटेस्ट हो रहा है भाई ये इतने राशन नहीं मिल रहा तो सिर्फ एक ऐसी राजनीति कर रहा मैं थोड़ा दसना चाहना संजय तलवाड़ जी जी तुम कहने मतलब कि कांग्रेस सरकार की गल करते हो मैं कांग्रेस पार्टी जहाँ तुम कांग्रेस पार्टी नीचा दिखाना चाहते हो एक टीम संजय तलवाड़ बना के जी वर्ल्ड लेवल की पार्टी है कांग्रेस पार्टी तुम उन्होंने एक सी टीम संजय तलवाड़ बना चाहते हो कि मतलब तुम कांग्रेस तो बड़े हो गए हो कि मुख्यमंत्री तो बड़े हो गए तुम एक मतलब टीम संजय तलवाड़ बना के तुम एक कांग्रेस छोटे जे ग्रुप बनना चाहते हो सिर्फ तो सिर्फ जो राशन बन रहे हैं जोड़ा कह रहा मैं टीम संजय तलवाड़ का मैंबर हाँ उन्होंने राशन दिता जा रहा जे कोई कह रहा मैं कांग्रेस का मैंबर उन्होंने राशन नहीं दिता जा रहा आह हरकत ने यह करतूत ने MLA दी उत्ते भी कई तरह के उन्होंने दोष लगाए ने कि तुम जे है इलाके के लोगों को भड़का रहे हो तो तुम की मानते हो कि लोगों के हकों वास्ते खड़े हो कि मैं थोनू दसना चाहना सत्कार सत्कार सत्कारयोग प्रेस वाले दसना चाहना सत्कारयोग MLA साहब को दसना चाहना मैं 2007 के मैं राजनीति नहीं कर रहा मैं सेवा च आया वा और 3 बारी कौंसलर 1 बारी पूरे पंजाब सब तो वध लीड जिताने वाले मतलब कि हलका ईस्ट के लोग ने और 1 बारी 23 हज़ार वोट पाने वाले हलका ईस्ट के लोग ने और 2 बारी 44 हज़ार 42 हज़ार वोट पाने वाले हलका पूर्वी के लोग ने सत्कारयोग उन्हां संगतां दे सिर ते आ मैं किसी नूं भड़काउंदा नहीं मतलब कि अज जीरो खर्चा करके 1 पैसे मतलब कि तुसीं सारे जानदे आ हर एक बंदा जानदा 2017 दे विच 1 पैसे नहीं खर्चे कि जिवें और 42 हज़ार वोट वो धन्यवाद करदा आशीर्वाद लोगों ने मतलब उन्हें दिता मैनू तो उन्हां दी सेवा करना मेरा फर्ज बनता वा मैं भड़काउणा नहीं फर्ज बनता मेरा उन्हां दी सेवा करना फर्ज बनता क्योंकि साढ़े 42 हज़ार लोगों ने जिहड़े मैनूं वोट पाई आ उन्हां दा मतलब कि हक दिवाउणा मेरा फर्ज बनता वा। मैं बेनती करनी चाहना मतलब मुख्यमंत्री साहब मतलब बहुत वधिया कर रहे हैं
क्योंकि सब तो पहला करफ्यू ला के लोगों को सेहत को बचाने की लोगों को बीमारी तो बचाने की कोशिश की आ। सत्कारयोग MLA साहब मैं बेनती करनी चाहुंदा, तुसीं मुख्यमंत्री तो वड्डे नहीं हैगे, मैनू मुख्यमंत्री साहब ने शामिल किया तो तुसीं किवें कह रहे हो कि मैं कागज़ विच नहीं हैगा और तुसीं मुख्यमंत्री तो वड्डे नहीं। इस करके मैं बेनती करनी चाहुंदा, ये छोटियां हरकतां ना करो, एक थैली दे के फोटो ना कराओ, लोगों को घर घर जाके थोड़ा फर्ज बनता, जिहड़ी सरकार ने तुहानूं राशन पै लिया वो कित्थे आ, वो दसो उन्हां नूं, पहुंचाओ उन्हां नूं। इस करके तुहानूं बेनती करदा भी अहीं छोटियां हरकतां छड्ड दिओ, अज्ज लोगों नूं मदद की लोड़ आ, अज्ज राजनीति की लोड़ नहीं, वोटां की राजनीति जदों मर्जी कर लिओ, जदों वोटां आणगियां उदों राजनीति कर लिओ। अज्ज लोगों नूं राशन की लोड़ आ, अज्ज लोग भुखे बैठे उन्हां नूं राशन पहुंचाओ जिहड़ा सरकार ने तुहानूं दित्ता वा, तो मतलब कि इस करके मैं ये बेनती करनी चाहुंदा। ਤੁਸੀਂ ਦੇਖਿਆ ਕਿ ਇਹ ਸੀ ਸਾਡੇ ਨਾਲ ਦਿਲਜੀਤ ਸਿੰਘ ਪੋਲਾ ਜੀ, ਉਹਨਾਂ ਨੇ ਸਿੱਧਾ ਸਿੱਧਾ ਜਿਹੜਾ ਹੈਗਾ MLA ਨੂੰ ਸਵਾਲ ਕੀਤੇ ਨੇ ਕਿ ਜਿਹੜਾ ਉਹਨਾਂ ਦੇ ਇਲਾਕੇ ਦਾ ਰਾਸ਼ਨ ਆਇਆ ਉਹ ਕਿੱਥੇ ਹੈਗਾ ਅਤੇ ਕਿੱਥੇ ਗਿਆ, ਕਿਉਂਕਿ ਦੂਸਰੇ ਇਲਾਕੇ ਦੇ ਕੌਂਸਲਰ ਆ ਕੇ ਉੱਥੇ ਇਲਾਕਾ ਨਿਵਾਸੀਆਂ ਨੂੰ ਰਾਸ਼ਨ ਦੇਣ ਦੀ ਗੱਲ ਕਰਦੇ ਨੇ, ਲੇਕਿਨ ਜਿਹੜਾ ਉਹਨਾਂ ਦੇ ਇਲਾਕੇ ਦਾ ਰਾਸ਼ਨ ਹੈ ਉਹ ਕਿੱਥੇ ਗਿਆ, ਇਹ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਦਲਜੀਤ ਸਿੰਘ ਪੋਲਾ ਵੱਲੋਂ ਆਪਣੇ ਹੀ MLA ਦੇ ਖਿਲਾਫ। ਅਤੇ ਹੁਣ ਦੇਖਣਾ ਹੋਏਗਾ ਕਿ ਜਿਹੜਾ ਇਹਨਾਂ ਦੇ ਇਲਾਕੇ ਦਾ ਰਾਸ਼ਨ ਹੈ ਉਹ ਇਹਨਾਂ ਦੇ ਇਲਾਕਾ ਨਿਵਾਸੀਆਂ ਨੂੰ ਮਿਲਦਾ ਹੈ ਜਾਂ ਨਹੀਂ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਹਿਰਾ, ਟਾਈਮਸ ਪੰਜਾਬ TV। जवाब दो किसी को ਕਿਸੇ ਨੇ ਮੋੜ ਲਈ।